ਅਸਲਾਮ ਅਲੈਕੁਮ। ਅੱਜ ਮੈਂ ਤੁਹਾਨੂੰ ਪੜ੍ਹਾਵਾਂ ਧਨੀਏ ਦੇ ਫੁੱਲ, ਧਨੀਏ ਦੇ ਪੌਦੇ ਦਿਖਾਉਣਾ। ਇਹ ਦੇਖੋ, ਇਹ ਧਨੀਏ ਦੇ ਫੁੱਲ ਆ। ਇਹ ਕਿੱਦਾਂ ਮੱਖੀਆਂ ਇਹਨੂੰ ਚੂਸ ਕੇ ਸ਼ਹਿਦ ਬਣਾ ਰਹੀ ਹੈ ਧਨੀਏ ਦਾ। ਇਸ ਤੋਂ ਇਲਾਵਾ ਤੁਹਾਨੂੰ ਮੈਂ ਹੁਣ ਦਿਖਾਉਣਾ ਸੋਏ, ਜਿਹੜੇ ਡੰਗਰਾਂ ਨੂੰ ਦੇਈਦੇ ਆ। ਇਹ ਦੇਖੋ, ਇਹ ਮੇਰਾ ਬਜ਼ੁਰਗ ਵਾ, ਵੱਢ ਕੇ ਹਟਿਆ ਹੁਣ ਸੋਏ। ਬੜੀ ਪਿਆਰੀ ਰੈਸਪੀ ਆ, ਬਹੁਤ ਚੀਜ਼ ਚੰਗੀ ਹੈਗੀ ਹੈ। ਡੰਗਰਾਂ ਦੇ ਕੰਮ ਵੀ ਆਉਂਦੀ, ਇਨਸਾਨਾਂ ਦੇ ਕੰਮ ਵੀ ਨਹੀਂ। ਘਰ ਤੁਸੀਂ ਆਪਣੇ ਪੀਸ ਕੇ ਨਮਕ ਵਾਲਾ ਰਲਾ ਕੇ, ਦੋ ਚੀਜ਼ਾਂ ਰਲਾ ਕੇ ਇਹਦਾ ਤੁਸੀਂ ਫੱਕੀ ਵਗੈਰਾ ਬਣਾ ਸਕਦੇ ਹੋ। ਸੌਂਫ ਵੀ ਆ ਵਿੱਚ ਵੀ ਆ, ਦੇਖੋ ਸੌਂਫ ਵੀ ਹੈ, ਇਹ ਸੌਂਫ ਵੀ ਹੈ। ਮੈਂ ਤੁਹਾਨੂੰ ਲੱਗੇ ਹੋਏ ਇਹਨਾਂ ਦੇ ਪੌਦੇ ਦਿਖਾ ਲਿਆ। ਦੇਖੋ ਸਾਰਾ ਧਨੀਆ ਹੀ ਹੈ, ਹੈਗੇ ਸੌਂਫ, ਮਾਸ਼ਾਅੱਲਾ ਬਹੁਤ ਪਿਆਰੀ ਲੱਗੀ ਹੈ ਸੌਂਫ। ਇਹ ਦੇਖੋ ਕਿਤਨਾ ਵੱਡਾ ਫੁੱਲ ਹੈ ਸੌਂਫ, ਬਹੁਤ ਪਿਆਰੀ ਹੁੰਦੀ ਸੌਂਫ। ਇਹ ਦੇਖੋ ਇਹ ਵਿੱਚ ਸੋਏ ਆ। ਅਤੇ ਮੇਰੇ ਭਾਈਓ, ਤੁਸੀਂ ਜਦੋਂ ਬਰਸਨ ਬੀਜਦੇ ਹੁੰਦੇ ਆ, ਇਹਦਾ ਬੀਜ ਨੂੰ ਨਾ ਸਿੱਟਿਆ ਕਰੋ। ਬੜੀ ਅੱਛੀ ਚੀਜ਼ ਹੈਗੀ ਹੈ ਸੌਂਫ, ਘਰ ਬੱਚਿਆਂ ਦੇ ਕੰਮ ਵੀ, ਦੁੱਧ 'ਚ ਬੰਦਾ ਪਾ ਕੇ, ਚਾਹ 'ਚ ਪਾ ਕੇ ਬੰਦਾ ਪਕਾ ਸਕਦਾ, ਬਹੁਤ ਅੱਛੀ ਚੀਜ਼ ਆ। ਉਹ ਬਜ਼ੁਰਗ ਸਾਡੇ ਵੱਢਣ ਦੇ ਅਜੇ। ਇਹ ਦੇਖੋ ਧਨੀਆ ਬਣਨ ਵੀ ਲੱਗ ਗਿਆ, ਇਹ ਦੇਖੋ ਧਨੀਆ ਬਣਨ ਲੱਗ ਗਿਆ। ਧਨੀਆ ਦੇ ਦੇਖੋ ਦਾਣੇ, ਧਨੀਆ ਦੇ ਬਣਨ ਲੱਗ ਗਏ ਆ। ਇਹ ਦੇਖੋ ਫੁੱਲ ਵੀ ਲਗਾਏ ਹੋਏ ਆ, ਫੁੱਲ ਵੀ ਲੱਗੇ ਹੋਏ ਆ। ਮੈਂ ਐਸੇ ਇੱਕ ਦਿਨ ਇੱਦਾਂ ਨਾ ਬੀਜ ਛੱਡ ਦਿੱਤੇ ਲਿਆ ਕੇ, ਇਹ ਬੂਟਾ ਫੁੱਲਾਂ ਦਾ, ਇਹਦੇ ਬੀਜ ਬਣ ਗਏ ਆ, ਅਗਲੀ ਵਾਰ ਫਿਰ ਛਿੱਟਾਂਗੇ। ਸੌਂਫ ਬਹੁਤ ਜ਼ਿਆਦਾ ਲਗਾਈ ਹੈ, ਤੋੜ ਤੱਕ ਸੌਂਫ ਲੱਗੀ ਹੋਈ ਆ, ਉਹ ਤੱਕ ਸੌਂਫ।